ਜਾਨਵਰ ਦਾ ਵੀ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਸਾਡੀ ਸਾਰੀ ਟੀਮ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਆਏ ਹਾਂ ਜੀ ਮਰ ਗਏ ਲੋਕੋ ਫਿਲਮ ਦਾ ਰਿਵਿਊ ਕਰਨ ਵਾਸਤੇ। ਆ ਜਾਓ ਆਪਾਂ ਲੋਕਾਂ ਤੋਂ ਜਾਣਦੇ ਵੀ ਉਹਨਾਂ ਨੂੰ ਭੂਤਾਂ ਨੇ ਹਸਾਇਆ ਜਾਂ ਭੂਤਾਂ ਨੇ ਡਰਾਇਆ। ਆ ਜਾਓ ਜੀ ਆਪਣੀ ਆਡੀਅੰਸ ਤੋਂ ਪੁੱਛਦੇ ਹਾਂ ਬਾਈ ਕਿਵੇਂ ਲੱਗੀ ਜੀ ਫਿਲਮ? ਬਹੁਤ ਵਧੀਆ ਬਾਈ। ਬਾਈ ਗਿੱਪੀ ਗਰੇਵਾਲ ਬਾਈ ਦਾ ਕੰਮ ਕਿਵੇਂ ਲੱਗਿਆ? ਉਹਦਾ ਵੀ ਸਿਰਾ ਬਾਈ ਭੂਤਾਂ ਨੇ ਹਸਾਇਆ ਕਰਵਾਇਆ ਵਧੀਆ ਬਾਈ ਹਸਾਇਆ ਪੂਰਾ। ਕਿਵੇਂ ਲੱਗੀ ਫਿਲਮ? ਨੋਰਮਲ ਜੀ ਠੀਕ ਠਾਕ। ਬਾਈ ਕਿਵੇਂ ਲੱਗੀ ਫਿਲਮ? ਠੀਕ ਹੈ ਜੀ ਠੀਕ ਵਧੀਆ ਵਧੀਆ ਯਾਰ। ਬਾਈ ਕਿਵੇਂ ਲੱਗੀ ਵੀਰੇ ਫਿਲਮ? ਵਧੀਆ ਲੱਗੀ ਬਾਈ। ਕਿਹਦੀ ਐਕਟਿੰਗ ਸਾਰਿਆਂ ਤੋਂ ਘੈਂਟ ਲੱਗੀ? ਐਕਟਿੰਗ ਸਾਰਿਆਂ ਦੀ ਵਧੀਆ ਬਾਈ। ਭੂਤਾਂ ਨੇ ਹਸਾਇਆ ਕਰਵਾਇਆ ਡਰਾਇਆ? ਨਹੀਂ ਨਹੀਂ ਵਧੀਆ ਸੀ ਮਜ਼ਾ ਆਇਆ। ਥੈਂਕ ਯੂ ਬਾਈ। ਬਾਈ ਕਿਵੇਂ ਲੱਗੀ ਫਿਲਮ? ਬਹੁਤ ਵਧੀਆ ਫਿਲਮ ਆ ਯਾਰ। ਭੂਤਾਂ ਨੇ ਡਰਾਇਆ ਕਸਾਇਆ? ਨਾਲ ਦੋਹੇ ਕੰਮ ਚੱਲਦੇ ਆ, ਜ਼ਿਆਦਾ ਤਾਂ ਮਤਲਬ ਹਸਾਇਆ ਹੀ ਆ, ਡਰਾਇਆ ਤਾਂ ਇੰਨਾ ਹੈ ਨਹੀਂ, ਯਾਨੀ ਕਿ ਇੰਜੋਏਬਲ ਮੂਵੀ। ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਬਾਈ? ਮੈਨੂੰ ਢਿੱਲੋਂ ਦੀ ਗਿੱਪੀ ਗਰੇਵਾਲ ਦੀ ਬਹੁਤ ਜ਼ਿਆਦਾ। ਠੀਕ ਆ ਥੈਂਕ ਯੂ ਬਾਈ। ਕਿਵੇਂ ਲੱਗੀ ਬਾਈ? ਬਾਲੀ ਬੰਬਾ ਵੀਰੇ ਸਾਰਾ ਗੱਲ ਬਾਤ ਆ। ਸਤਿ ਸ਼੍ਰੀ ਅਕਾਲ ਜੀ। ਮਰ ਗਏ ਲੋਕ ਸਭ ਦੀ ਵਧੀਆ ਸੀ। ਗਿੱਪੀ ਗਰੇਵਾਲ ਦੀ ਵੀ ਵਧੀਆ ਸੀ, ਬਿਨੂ ਚਿੱਲੋ ਦੀ ਵੀ ਵਧੀਆ ਸੀ। ਵਧੀਆ ਲੱਗੀ ਵੀਰੇ ਐਕਟਿੰਗ ਕਿਹਦੀ ਵਧੀਆ? ਗਿੱਪੀ ਗਰੇਵਾਲ ਦੀ ਵੀਰੇ। ਹੰਬਲ ਮਿਊਜ਼ਿਕ ਪਿਕਚਰਸ 'ਤੇ ਗਿੱਪੀ ਗਰੇਵਾਲ ਜੀ ਦੀ ਪ੍ਰੋਡਕਸ਼ਨ ਹੈ, ਲੋਕਾਂ ਨੇ ਬਹੁਤ ਪਸੰਦ ਕਰ ਰਹੇ ਨੇ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਨਜ਼ਦੀਕੀ ਸਿਨੇਮਾਘਰਾਂ ਦੇ ਵਿੱਚ ਮਰ ਗਏ ਹੋ ਲੋਕੋ ਦੇਖ ਰਹੇ ਹੋਗੇ ਅਤੇ ਆਨੰਦ ਮਾਣ ਰਹੇ ਹੋਗੇ। ਨਾਲ ਦੀ ਨਾਲ ਦੇਖਦੇ ਰਹੋ ਸਾਡਾ ਆਪਣਾ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ। ਕੀਪ ਵਾਚਿੰਗ, ਕੀਪ ਸਬਸਕ੍ਰਾਈਬ ਆਰ ਚੈਨਲ ਸ਼ਾਨ ਪੰਜਾਬੀ ਮੀਡੀਆ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ।